ਦੇਸ਼ ਦੀ ਆਨ ਸ਼ਾਨ ਦੇ ਲਈ ਸ਼ਹੀਦ ਹੋਏ ਸਤਪਾਲ ਸਿੰਘ ਦੇ ਪਰਿਜਨ ਅੱਜ ਵੀ ਇਨਸਾਫ ਦੇ ਲਈ ਦਰ ਦਰ ਦੀ ਠੋਕਰਾਂ ਖਾ ਰਹੇ ਹਨ। ਸਤਪਾਲ ਸਿੰਘ 7 ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਦੁਨੀਆ ਛੱਡ ਕੇ ਚਲੇ ਗਏ। ਪਰਿਜਨਾਂ ਦੇ ਮੁਤਾਬਿਕ ਸਤਪਾਲ ਭਾਰਤ ਦੀ ਏਜੰਸੀ ਦੇ ਲਈ ਕੰਮ ਕਰਦੇ ਸੀ ਅਤੇ ਜਦ ਉਹਨਾਂ ਦੀ ਮੌਤ ਹੋਈ ਤਾਂ ਸੁਸ਼ਮਾ ਸਵਰਾਜ ਦੇ ਨਾਲ ਨਾਲ ਕਈ ਮੰਤਰੀਆਂ ਨੇ ਪਰਿਜਨਾਂ ਦੇ ਮੈਂਬਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਸੀ, ਲੇਕਿਨ ਅੱਜ ਤੱਕ ਉਹ ਲੋਕਾਂ ਦੇ ਘਰ ਬਰਤਨ ਮਾਂਝ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਸ ਤਰ੍ਹਾਂ ਦਾ ਸਾਡਾ ਘਰ ਦੇ ਹਾਲਾਤ ਹੋ ਚੁੱਕੇ ਨੇ। ਸਾਨੂੰ ਕਿਸੇ ਸਰਕਾਰ ਦੇ ਬੰਦੇ ਨੇ ਆ ਕੇ ਇੰਨੀ ਗੱਲ ਨਹੀਂ ਪੁੱਛੀ ਕਿ ਤੁਹਾਡੇ ਪਾਪਾ ਉੱਧਰ ਫੜੇ ਗਏ ਆ ਜਾਂ ਕੋਈ ਰਿਸ਼ਤੇਦਾਰ ਨੇ ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਕਿ ਤੁਹਾਡੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਵਾ। ਪਾਕਿਸਤਾਨ ਦੀ ਕਿਹੜੀ ਜੇਲ੍ਹ 'ਚ ਸੀ ਅਤੇ ਕਦੋਂ ਉਹਨਾਂ ਦੀ ਡੈਥ ਹੋਈ ਹੈ ਅਤੇ ਤੁਹਾਨੂੰ ਕਿੰਨੇ ਕਿੰਨੇ ਆਸ਼ਵਾਸਨ ਦਿੱਤਾ ਸੀ? ਡੈਡੀ ਦੀ 17/4 ਨੂੰ 2000 ਨੂੰ ਡੈਥ ਹੋਈ ਹੈ। ਤੁਹਾਨੂੰ ਕਿੰਨੇ ਆਸ਼ਵਾਸਨ ਦਿੱਤਾ ਸੀ, ਨੌਕਰੀ ਦਾ ਵਾਅਦਾ ਕਿੰਨੇ ਕੀਤਾ ਸੀ, ਕਿਹੜੀ ਸਰਕਾਰ ਦੇ ਕਿਹੜੇ ਨੁਮਾਇੰਦੇ ਨੇ? ਸਾਨੂੰ ਮਨਿੰਦਰ ਸਿੰਘ ਬਿੱਟੇ ਨੇ ਵਾਅਦਾ ਕੀਤਾ ਸੀ ਨੌਕਰੀ ਦਾ, ਸੋਨੀਆ ਗਾਂਧੀ ਜੀ ਨੇ ਵਾਅਦਾ ਕੀਤਾ ਸਾਡੇ ਨਾਲ ਨੌਕਰੀ ਦਾ। ਸਾਨੂੰ ਬਹੁਤ ਕੇ ਲੀਡਰਾਂ ਨੇ ਇਹੀ ਹੌਸਲਾ ਦਿੱਤਾ ਸੀ ਹੁਣ ਤੱਕ ਵੀ ਅਸੀਂ ਕੁਛ ਨਾ ਕੁਛ ਤੁਹਾਡਾ ਸੋਚਾਂਗੇ, ਕੀਤਾ ਜਾਏਗਾ। ਜੋ ਉਹ ਹੋਰ ਸ਼ਹੀਦ ਪਰਿਵਾਰਾਂ ਦੇ ਨਾਲ ਹੁੰਦਾ ਨਾ ਕਿ ਅਸੀਂ ਉਹਨਾਂ ਦੀ ਸੁਣਵਾਈ ਕਰਦੇ ਹਾਂ, ਤੁਹਾਡੀ ਵੀ ਇੱਕ ਪਰਿਵਾਰ ਦੀ ਸੁਣਵਾਈ ਹੋਏਗੀ, ਪਰ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੋਇਆ। 17 ਸਾਲ ਹੋ ਚੁੱਕੇ ਨੇ ਮੇਰੇ ਪਾਪਾ ਦੇ ਡੈਥ ਹੋਈ ਨੂੰ। ਅੱਜ ਤੱਕ ਸਾਡਾ ਹਾਲਾਤ ਇਸ ਤਰ੍ਹਾਂ ਦੇ ਹੀ ਚੱਲਦੇ ਹੋਣ ਡੇ ਆ ਕਿ ਆਪਾਂ ਕੰਮ ਆਪਣੇ ਹੱਥੀਂ ਲੋਕਾਂ ਦੇ ਘਰਾਂ 'ਚ ਕਰਨ ਡੇ ਤਾਂ ਸਾਡਾ ਗੁਜ਼ਾਰਾ ਹੋਣ ਡਿਆ, ਪਰ ਮੇਰੇ ਡੈਡੀ ਦੇ ਸ਼ਹੀਦਗੀ ਦੀ ਇਸ ਟਾਈਮ ਕਿਸੇ ਨੇ ਕਦਰ ਨਹੀਂ ਪਾਈ। ਕੁਝ ਕੁ ਦਿਨ ਪਹਿਲਾਂ ਸਾਡੇ ਕੋਲ ਇੱਕ ਕੇਸ ਆਇਆ ਸੀ ਸ਼ਹੀਦ ਸਤਪਾਲ ਜੀ ਦਾ, ਜਿਹੜੇ ਪਿੰਡ ਡਡਵਾਂ ਦੇ ਰਹਿਣ ਵਾਲੇ ਸੀ ਔਰ ਭਾਰਤੀ ਜਿਹੜੀਆਂ ਇੰਟੈਲੀਜੈਂਸ ਏਜੰਸੀ ਰਾਹ ਦਾ ਤੁਸੀਂ ਨਾਮ ਸੁਣਿਆ ਹੋਏਗਾ, ਰਿਸਰਚ ਐਨਾਲਿਸਿਸ ਵਿੰਗ ਦੇ ਲਈ ਕੰਮ ਕਰਦੇ ਸੀ ਔਰ ਜਿਹੜੀਆਂ ਬਹੁਤ ਸਾਰੀ ਉਹਨਾਂ ਨੇ ਸੀਕ੍ਰੈਟ ਨੌਲੇਜ ਵੀ ਆਪਣੀ ਇੰਡੀਅਨ ਗੌਰਮੈਂਟ ਨੂੰ ਦਿੱਤੀ ਜਿਹੜੀ ਉਹਨਾਂ ਨੂੰ ਚਾਹੀਦੀ ਸੀ ਔਰ ਜਦੋਂ ਉਹਨਾਂ ਨੂੰ ਇੱਥੇ ਅਰੈਸਟ ਕਰ ਲਿਆ ਗਿਆ 1 ਮਾਰਚ 1999 ਨੂੰ ਅਤੇ ਉਹਨਾਂ ਨੂੰ ਫਿਜ਼ੀਕਲੀ ਤੌਰ ਦੇ ਉੱਤੇ ਬੜਾ ਟੋਰਚਰ ਕੀਤਾ ਗਿਆ ਕੋਟ ਲਖਪਤ ਜੇਲ੍ਹ ਦੇ ਵਿੱਚ, ਜਿਨ੍ਹਾਂ ਦੇ ਕਰਕੇ ਉਹਨਾਂ ਦੀ ਜਿਹੜੀ ਆ 2000 ਸਾਲ ਦੇ ਵਿੱਚ ਜਿਹੜੀ ਡੈਥ ਹੋ ਗਈ ਔਰ ਉਹ 2 ਮਹੀਨੇ ਉਹਨਾਂ ਦੀ ਬੋਡੀ ਜਿਹੜੀ ਆ ਪਾਕਿਸਤਾਨ ਦੇ ਵਿੱਚ ਰਹੀ। ਕਿਸੇ ਵੀ ਇੰਡੀਅਨ ਲੀਡਰ ਨੇ ਉੱਥੇ ਜਾ ਕੇ ਉਪਰਾਲਾ ਨਹੀਂ ਕੀਤਾ ਉਸ ਬੋਡੀ ਨੂੰ ਲਿਆਉਣ ਦਾ। ਫਿਰ ਸਾਡੇ ਕੁਝ ਪੋਲੀਟੀਕਲ ਲੀਡਰਸ ਜਦੋਂ ਨਿਊਜ਼ਪੇਪਰ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਅਤੇ ਫਿਰ ਉਹ ਜਾ ਕੇ ਬੋਡੀ ਲੈ ਕੇ ਆਏ ਔਰ ਜਦੋਂ ਡਡਵਾਂ ਪਿੰਡ ਦੇ ਵਿੱਚ ਸਤਪਾਲ ਜੀ ਦਾ ਸੰਸਕਾਰ ਕੀਤਾ ਗਿਆ ਅਤੇ ਬਹੁਤ ਸਾਰੇ ਲੀਡਰਸ ਨੇ ਆਪਣੀ ਰਾਜਨੀਤਿਕ ਚਮਕਾਉਣ ਵਾਸਤੇ ਇਸ ਪਰਿਵਾਰ ਦੇ ਨਾਲ ਝੂਠੇ ਵਾਅਦੇ ਕੀਤੇ ਕਿ ਅਸੀਂ ਤੁਹਾਨੂੰ ਗੌਰਮੈਂਟ ਜੌਬ ਦੇਵਾਂਗੇ, ਅਸੀਂ ਤੁਹਾਨੂੰ ਰੁਜ਼ਗਾਰ ਦੇ ਸਾਧਨ ਦੇਵਾਂਗੇ। ਅਤੇ ਇਟ ਵਾਜ਼ ਦਾ ਸ਼ੇਮਫੁਲ ਐਕਟ ਬਾਏ ਦਾ ਪੰਜਾਬ ਗੌਰਮੈਂਟ ਕਿ ਉਹਨਾਂ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਇਸ ਪੀੜਿਤ ਪਰਿਵਾਰ ਵਾਸਤੇ ਅਤੇ 17 ਸਾਲ ਤੋਂ ਇਹ ਫੈਮਲੀ ਜਿਹੜੀ ਹੈ ਦਰ ਦਰ ਦੀਆਂ ਜਿਹੜੀਆਂ ਠੋਕਰਾਂ ਖਾ ਰਹੀ ਆ ਅਤੇ ਇਹ ਜਿਹੜਾ ਇਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਅਤੇ ਇਹਦੇ ਲਈ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਨੂੰ ਅਗਰ ਸੜਕਾਂ 'ਤੇ ਵੀ ਉਤਰਨਾ ਪਿਆ ਤਾਂ ਅਸੀਂ ਉਹ ਤੋਂ ਵੀ ਪਿੱਛੇ ਨਹੀਂ ਹਟਾਂਗੇ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।